ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ ਤੁਹਾਡਾ ਦਾਸ ਦਿੱਲੀ ਤੋਂ ਬੋਲ ਰਿਹਾ। ਅੱਜ 3 ਅਗਸਤ ਹੈ ਅਤੇ ਮੈਂ ਪਾਰਲੀਮੈਂਟ ਦੀ ਲਾਇਬ੍ਰੇਰੀ ਦੇ ਵਿੱਚ ਬੈਠਾ। ਕੱਲ੍ਹ ਪਾਰਲੀਮੈਂਟ ਦੇ ਵਿੱਚ ਇੱਕ ਸੋਧ ਕਾਨੂੰਨ ਬਿੱਲ ਜਿਹੜੇ ਵਾਤਾਵਰਨ ਹੈ ਪ੍ਰਕਿਰਤੀ ਦੇ ਵਜ਼ੀਰ ਹੈ ਉਹ ਲੈ ਕੇ ਆਏ ਸੀਗੇ। ਉਹਦੇ ਵਿੱਚ ਹੈਗਾ ਕਿ ਕਿਵੇਂ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਜੰਗਲੀ ਜਾਨਵਰ ਹੈ ਪਰਿੰਦੇ ਹੈ ਉਹਨਾਂ ਦੀ ਰੱਖਿਆ ਕਿਵੇਂ ਕਰਨੀ ਹੈ। ਅਤੇ ਮੈਂ ਉਹਦੇ 'ਤੇ ਬੋਲਦਿਆਂ ਕਿਹਾ ਸੀ ਕਿ ਜਿਹੜੀਆਂ ਸਾਡੀਆਂ ਘਰ ਦੀਆਂ ਚਿੜੀਆਂ ਗਿਰਜਾਂ ਅਤੇ ਰਾਜਸਥਾਨ ਦੇ ਵਿੱਚ ਬਸਟਰਡ ਇਹ ਖਤਮ ਹੋਈ ਜਾਂਦੀ ਹੈ, ਇਹਨਾਂ ਨੂੰ ਵਾਪਸ ਆਪਾਂ ਕਿਵੇਂ ਲਿਆ ਸਕਦੇ ਹਾਂ ਅਤੇ ਇਹਨਾਂ ਦਾ ਇੰਤਜ਼ਾਮ ਹੋਣਾ ਚਾਹੀਦਾ। ਅਤੇ ਜਿਹੜੀ ਜੰਗਲ ਹੈ ਉਹ ਹੀ ਅਸੀਂ ਖਤਮ ਕਰੀ ਜਾਂਦੇ ਹਾਂ, ਉਹਨਾਂ ਦੇ ਵਿੱਚ ਜਿਹੜੇ ਅਮੀਰ ਲੋਕ ਹੈ ਸਰਕਾਰ ਦੇ ਉੱਤੇ ਜ਼ੋਰ ਪਾ ਕੇ ਖਾਣ ਬਣਾਈ ਜਾਂਦੇ ਹੈ ਕੋਲਿਆਂ ਦੇ ਸੋਨੇ ਦੇ ਚਾਂਦੀ ਦੇ ਹੀਰਿਆਂ ਦੇ, ਅਤੇ ਜਿਹੜੇ ਆਦਿਵਾਸੀ ਉਹ ਜੰਗਲਾਂ ਦੇ ਵਿੱਚ ਰਹਿੰਦੇ ਹੈ ਉਹਨਾਂ ਦੀ ਜ਼ਿੰਦਗੀ ਇਹ ਲੋਕਾਂ ਨੇ ਤਬਾਹ ਕਰਤੀ ਹੈ, ਜਿਹੜਾ ਕਿ ਉਹ ਪ੍ਰਕਿਰਤੀ ਨੂੰ ਮੰਨਦੇ ਹੈ, ਉਹਨਾਂ ਦਾ ਮਜ਼ਹਬ ਵੀ ਪ੍ਰਕਿਰਤੀ ਹੈ ਅਤੇ ਉਹਨਾਂ ਨੂੰ ਜਬਰਨ ਕ੍ਰਿਸਚਨ ਜਾਂ ਹਿੰਦੂ ਬਣਾਏ ਜਾਂਦੇ ਹੈ। ਇਹ ਚੀਜ਼ਾਂ ਹਟਣੀਆਂ ਚਾਹੀਦੀਆਂ ਅਤੇ ਉਹਨਾਂ ਦੇ ਨਾਲ ਲੜਾਈ ਨਹੀਂ ਕਰਨੀ ਚਾਹੀਦੀ, ਜੋ ਕਰਕੇ ਸਰਕਾਰਾਂ ਨੇ ਉਹਨਾਂ ਨੂੰ ਕਦੇ ਨਕਸਲਾਈਟ ਦਾ ਦਰਜਾ ਦੇ ਦਿੰਦੇ ਹੈ, ਕਦੇ ਮਾਓਵਾਦੀਆਂ ਦਾ ਦਰਜਾ ਦੇ ਦਿੰਦੇ ਹੈ ਜਿਹੜੇ ਕੌਮਰੇਡ ਹੁੰਦੇ ਹੈ। ਅਤੇ ਮੈਂ ਕਿਹਾ ਕਿ ਹੁਣ ਸਾਡੇ ਦੇਸ਼ ਦੀ ਪ੍ਰੈਜ਼ੀਡੈਂਟ ਬੀਬੀ ਆਦਿਵਾਸੀਆਂ ਦੇ ਵਿੱਚੋਂ ਆਈ ਹੈ ਅਤੇ ਇਹ ਜਿਹੜੇ ਤੁਸੀਂ ਇਹਨਾਂ ਨੂੰ ਮਾਓਵਾਦੀ ਨਕਸਲਾਈਟ ਕਹਿ ਕੇ ਮਾਰ ਦਿੰਦੇ ਹੋ ਝੂਠੇ ਮੁਕਾਬਲਿਆਂ ਦੇ ਵਿੱਚ, ਇਹ ਬੰਦ ਹੋਣੇ ਚਾਹੀਦੇ ਹੈ ਤਾਂ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਿਹਤਰ ਬਣਾਉਣੀ ਚਾਹੀਦੀ ਹੈ। ਅਤੇ ਵਜ਼ੀਰ ਸਾਹਿਬ ਅਤੇ ਸਾਰੀ ਪਾਰਲੀਮੈਂਟ ਦਾ ਫਿਰ ਮੈਂ ਧਿਆਨ ਲਿਆਂਦਾ ਕਿ ਤੁਹਾਨੂੰ ਫਿਕਰ ਤਾਂ ਹੈ ਕਿ ਜੰਗਲਾਂ ਦੇ ਵਿੱਚ ਜਿਹੜੇ ਜਾਨਵਰ ਪਰਿੰਦੇ ਹੈ ਉਹ ਖਤਮ ਹੋਈ ਜਾਂਦੇ ਹੈ ਅਤੇ ਜਿਹੜਾ ਚੀਤਾ ਹੈ ਇਹ ਇੱਕ ਬਹੁਤ ਵਧੀਆ ਜਾਨਵਰ ਸੀਗਾ ਜਿਹੜਾ ਸਾਡੇ ਇੰਡੀਆ ਦੇ ਵਿੱਚ ਬਿਲਕੁਲ ਖਤਮ ਹੋ ਗਿਆ। ਹੁਣ ਇੰਡੀਆ ਦੀ ਸਰਕਾਰ ਸਾਊਥ ਅਫਰੀਕਾ ਤੋਂ ਚੀਤੇ ਮੰਗਾ ਕੇ ਫਿਰ ਮੱਧ ਪ੍ਰਦੇਸ਼ ਦੇ ਜੰਗਲ ਦੇ ਵਿੱਚ ਉਹਨਾਂ ਦੀ ਰੱਖ ਬਣਾ ਰਹੀ ਹੈ। ਪਰ ਕਿਹਾ ਕਿ ਜਿਹੜੇ ਮਾਹਰ ਹੈਗੇ ਹੈ ਉਹ ਕਹਿੰਦੇ ਆ ਜਿਹੜੀ ਰੱਖ ਮੱਧ ਪ੍ਰਦੇਸ਼ ਦੇ ਵਿੱਚ ਤੁਸੀਂ ਬਣਾ ਰਹੇ ਹੋ ਉਹ ਇਹ ਚੀਤਿਆਂ ਦੇ ਲਈ ਬਹੁਤ ਛੋਟੀ ਹੈ ਅਤੇ ਜਿਹੜੇ ਲੱਕੜ ਬੱਕੇ ਹੁੰਦੇ ਹੈ ਉਹ ਇਹਨਾਂ ਦੇ ਬੱਚਿਆਂ ਨੂੰ ਖਾ ਜਾਂਦੇ ਹੈ। ਅਤੇ ਮੈਂ ਵਜ਼ੀਰ ਸਾਹਿਬ ਨੂੰ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਇੰਤਜ਼ਾਮ ਕਰਨਾ ਪਊਗਾ। ਅਤੇ ਮੈਂ ਕਿਹਾ ਜਿਹੜਾ ਕਾਨੂੰਨ ਤੁਸੀਂ ਲਿਆਂਦਾ ਕਿ ਇਹਨਾਂ ਦੀਆਂ ਜਾਨਾਂ ਜਾਨਵਰਾਂ ਦੀਆਂ ਖਤਮ ਖਤਰੇ ਦੇ ਵਿੱਚ ਹੈ, ਜਾਨਵਰ ਘੱਟ ਗਏ ਹੈ, ਅਤੇ ਜਿੱਦਣ ਦਾ ਮੈਂ ਪਾਰਲੀਮੈਂਟ 'ਚ ਆਇਆ ਮੈਂ ਕੋਈ ਵੀ ਤੁਹਾਡਾ ਸਟਾਫ ਦਾ ਮੈਂਬਰ ਦੇਖ ਰਿਹਾ, ਤੁਹਾਡੇ ਮੁਲਾਜ਼ਮ ਵੀ ਦੇਖ ਰਿਹਾ ਅਤੇ ਉਹਨਾਂ ਦੇ ਵਿੱਚੋਂ ਮੈਨੂੰ ਇੱਕ ਵੀ ਸਿੱਖ ਨਜ਼ਰ ਨਹੀਂ ਆਉਂਦਾ। ਅਤੇ ਜੇ ਤੁਸੀਂ ਜਾਨਵਰਾਂ ਦਾ ਫਿਕਰ ਕਰਦੇ ਹੋ ਕਿ ਇਹਨਾਂ ਦੀ ਰੱਖਿਆ ਹੋਣੀ ਚਾਹੀਦੀ ਹੈ, ਫਿਰ ਸਿੱਖਾਂ ਨੂੰ ਵੀ ਇਸ ਕਾਨੂੰਨ 'ਚ ਰੱਖ ਲਓ, ਕਿਉਂ ਕਰਕੇ ਇਹ ਵੀ ਤੁਹਾਡੀ ਪਾਰਲੀਮੈਂਟ ਦੇ ਵਿੱਚ ਤਾਂ ਕੋਈ ਲੱਭਦਾ ਨਹੀਂ। ਇਹਦੇ 'ਤੇ ਬਹੁਤ ਹਾਸਾ ਹੋਇਆ, ਮਜ਼ਾਕ ਹੋਈ, ਪਰ ਮੈਂ ਗੱਲ ਟਿਕਾਣੇ ਸਿਰ ਲਗਾ ਤੀ ਕਿ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਸਿੱਖ ਮੁਲਾਜ਼ਮ ਅਤੇ ਅਫਸਰ ਹੈ ਨਹੀਂ ਗਏ। ਅਤੇ ਦੂਸਰਾ ਜਦੋਂ ਵੀ ਮੈਂ ਦੇਖ ਰਿਹਾ ਯੂਨੀਅਨ ਟੈਰੀਟਰੀਜ਼ ਦੇ ਵਿੱਚ, ਬੇਸ਼ੱਕ ਚੰਡੀਗੜ੍ਹ ਹੈ, ਬੇਸ਼ੱਕ ਹੁਣ ਦਿੱਲੀ 'ਚ ਹੈ, ਇੱਥੇ ਵੀ ਪੁਲਿਸ ਦੇ ਵਿੱਚ ਕੋਈ ਸਿਪਾਹੀ ਸਿੱਖ ਮੈਨੂੰ ਦਿਖਦਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਇਹ ਸਰਕਾਰ ਅਤੇ ਤੁਹਾਡੇ ਦਿੱਖ ਦੇ ਵਿੱਚ ਮੈਂ ਲੈ ਕੇ ਆ ਰਿਹਾ ਕਿ ਸਿੱਖਾਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਮੈਂਬਰ
ਤੁਹਾਡੀ ਗੱਲ ਨੂੰ ਕਰਦੇ ਹੈ ਅਤੇ ਤੁਹਾਡੇ ਜਿਹੜੇ ਮਫਾਦ ਹੈਗੇ ਹੈ ਉਹ ਬਿਲਕੁਲ ਸਾਡੀ ਪਾਰਟੀ ਦੇ ਵਿੱਚ ਸੁਰੱਖਿਅਤ ਅਤੇ ਉਹਨਾਂ ਦੀ ਪੂਰੀ ਹਿਫਾਜ਼ਤ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।